ਬਾਂਦਰ ਹੱਥ ਮੱਚਸ ਆ ਗਈ, ਇਹ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਪਿਆ ਕੀ ਕਰਨਾ ਹੈ ਨਾ ਕਰ। ਇਹ ਪਤਾ ਹੀ ਇਹ 80 ਰੁਪਈਆਂ ਦਾ ਹੁੰਦਾ ਹੀ ਇਹ ਇਹਦੇ ਨਾਲ ਦੋ ਸੀ ਕੱਟੇ ਗਏ। ਆ ਲਾ ਪਾਣੀ ਤੇ ਪੀ ਪਰ ਨਾ ਲਾਓ, ਇਹ ਮਜ਼ਾਕ ਦੱਸ ਸਕ ਵੀ ਨਾ। ਗੱਡੀ ਦਾ ਆਇਲ ਚੇਂਜ ਕਰਾਉਣਾ ਇਹ ਨਹੀਂ ਸੱਚ, ਆਪਣੀ ਆਪਣੀ ਤਾਂ ਦੂਜੀ ਹੈ, ਆਪਣੀ ਗੱਡੀ ਖੁੱਲੀ ਹੋਈ ਹੈ। ਓਏ ਉਹ ਬੜੀ ਸਮੈਲ ਹੀ ਉਹਦੀ ਗੱਡੀ ਦੀ ਕਸਮੇ ਬਹੁਤ ਬੁਰੀ ਹਾਲਤ ਹੋਈ ਪਈ, ਵੇਖਣ ਨੂੰ ਵੀ ਦਿਲ ਨਹੀਂ ਕਰਦਾ ਪਿਆ। ਮੌਸਮ ਵੀ ਬਹੁਤ ਠੰਡਾ, ਅਗਲੀ ਗੱਡੀ ਆ ਨਹੀਂ ਲੈਣੀ ਆ ਪਜਾਰੋ। ਬਾਕੀ ਤੁਸੀਂ ਜਿਹੜਾ ਪ੍ਰੋਜੈਕਟ ਕਰਦੇ ਹੋ।